ਟਰੈਕਟਰ ਪੰਜਾਬ ਦੀ ਇੱਕ ਪਛਾਣ ਵਜੋਂ ਵੇਖਿਆ ਜਾਂਦਾ ਰਿਹਾ ਹੈ ਪੰਜਾਬ ਜੋ ਕਿ ਖੇਤੀਬਾੜੀ ਦਾ ਧੁਰਾ ਰਿਹਾ ਹੈ ਅਤੇ ਪੰਜਾਬ ਦੇ ਖੇਤਾਂ ਵਿੱਚ ਟਰੈਕਟਰ ਅਕਸਰ ਪੰਜਾਬ ਦੀ ਖੁਸ਼ਹਾਲੀ ਦੇ ਇੱਕ ਪ੍ਰਤੀਕ ਵਜੋਂ ਵਿਚਰਦਾ ਨਜ਼ਰ ਆਉਂਦਾ ਰਿਹਾ ਹੈ ਪਰ ਬੀਤੇ ਕੁਝ ਦਿਨਾਂ ਤੋਂ ਪੰਜਾਬ ਅੰਦਰ ਟਰੈਕਟਰਾਂ ਨੂੰ ਲੈ ਕੇ ਇੱਕ ਨਵੀਂ ਬਹਿਸ ਅਤੇ ਚਰਚਾ ਵੀ ਛੜੀ ਦਰਸਲ ਪੰਜਾਬ ਦੀ ਖੇਡ ਮੇਲਿਆਂ ਉੱਤੇ ਅਕਸਰ ਪਿਛਲੇ ਸਮਿਆਂ ਦੌਰਾਨ ਟਰੈਕਟਰ ਜ਼ਰੀਏ ਸਟੰਟ ਕੀਤੇ ਜਾਂਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਦੇਖਿਆ ਗਿਆ ਅਤੇ ਪਿਛਲੇ ਦਿਨੀ ਇੱਕ ਬਹੁਤ ਦੁਖਦਾਈ ਘਟਨਾ ਵਾਪਰੀ ਜਦੋਂ ਗੁਰਦਾਸਪੁਰ ਵਿੱਚ ਟਰੈਕਟਰ ਨਾਲ ਸਟੰਟ ਕਰਦਿਆਂ ਹੋਏ ਹਾਦਸੇ ਕਾਰਨ ਇੱਕ 29 ਸਾਲਾ ਨੌਜਵਾਨ ਦੀ ਮੌਤ ਵੀ ਹੋ ਗਈ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਫੌਰੀ ਤੌਰ ਤੇ ਕਦਮ ਚੁੱਕਦਿਆਂ ਪੰਜਾਬ ਮੰਤਰ ਟਰੈਕਟਰਾਂ ਜ਼ਰੀਏ ਕੀਤੇ ਜਾਂਦੇ ਸਟੰਟ ਉੱਤੇ ਮੁਕੰਮਲ ਪਾਬੰਦੀ ਲਾ ਦਿੱਤੀ ਅੱਜ ਦੇ ਇਸ ਵਿਸ਼ੇਸ਼ ਵੀਡੀਓ ਵਿੱਚ ਆਓ ਜਾਣਦੇ ਹਾਂ ਪੰਜਾਬ ਵਿੱਚ ਟਰੈਕਟਰ ਜ਼ਰੀਏ ਸਟੰਟ ਦਾ ਰੁਝਾਨ ਕਿਉਂ ਕਿਵੇਂ ਸ਼ੁਰੂ ਹੋਇਆ ਅਤੇ ਇਸ ਨੇ ਕਿਵੇਂ ਹੌਲੀ-ਹੌਲੀ ਆਪਣੀ ਮਕਬੂਲ ਥਾਂ ਬਣਾਈ ਅਤੇ ਹੁਣ ਇਸ ਉੱਪਰ ਪਾਬੰਦੀ ਲਗਣੀ ਕਿਉਂ ਜ਼ਰੂਰੀ ਹੋ ਗਈ ਸੀ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਅਕਸਰ ਖੇਡ ਮੇਲੇ ਅਤੇ ਛਿੰਝ ਮੇਲਿਆਂ ਦਾ ਆਯੋਜਨ ਹੁੰਦਾ ਰਹੇ ਕਿਸੇ ਵੀਲੇ ਇਨ੍ਹਾਂ ਖੇਡ ਮੇਲਿਆਂ ਉੱਤੇ ਰਵਾਇਤੀ ਖੇਡਾਂ ਦਾ ਨਜ਼ਾਰਾ ਵੱਜਦਾ ਸੀ ਪਰ ਹੌਲੀ-ਹੌਲੀ ਸਮੇਂ ਦੇ ਨਾਲ-ਨਾਲ ਕਈ ਹੋਰ ਨਵੀਆਂ ਚੀਜ਼ਾਂ ਵੀ ਇਨ੍ਹਾਂ ਖੇਡ ਮੇਲਿਆਂ ਦੇ ਨਾਲ ਆ ਜੁੜੀਆਂ ਸਨ ਅਤੇ ਉਹਨਾਂ ਵਿੱਚੋਂ ਹੀ ਇੱਕ ਸੀ ਟਰੈਕਟਰਾਂ ਰਾਹੀਂ ਕਰਤਬ ਕਲਾਬਾਜ਼ੀ ਟੋਚਨ ਮੁਕਾਬਲੇ ਜਾਂ ਟਰੈਕਟਰ ਸਟੰਟ ਜੋ ਪਿਛਲੇ ਦਿਨੀ ਗੁਰਦਾਸਪੁਰ ਵਿੱਚ ਜਾਨ ਲੀਵਾ ਰੂਪ ਧਾਰਨ ਕਰਦੇ ਹੋਏ ਵਿਖੇਗੇ ਦਰਸਲ ਹੁੰਦਾ ਇਹ ਹੈ ਕਿ ਇਹਨਾਂ ਖੇਡ ਮੇਲਿਆਂ ਦੌਰਾਨ ਟਰੈਕਟਰਾਂ ذریعے ਜੋ ਸਟੰਟ ਕੀਤੇ ਜਾਂਦੇ ਨੇ ਉਹਨਾਂ ਦੀ ਤਿਆਰੀ ਵਜੋਂ ਟਰੈਕਟਰ ਦੀ ਮੂਲ ਦੇਖ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਅਤੇ ਟਰੈਕਟਰ ਨੂੰ ਨਵੇਂ ਪੁਰਜ਼ਿਆਂ ਦੇ ਨਾਲ ਅਤੇ ਮੂਲ ਪੁਰਜ਼ਿਆਂ ਦੇ ਨਾਲ ਤਬਦੀਲ ਕਰਕੇ ਸਟੰਟ ਲਈ ਤਿਆਰ ਕੀਤਾ ਜਾਂਦਾ ਹੈ ਆਮ ਤੌਰ ਤੇ ਇਹ ਵੀ ਵੇਖਿਆ ਗਿਆ ਹੈ ਕਿ ਸਟੰਟ ਕਰਨ ਲਈ ਵਰਤੇ ਜਾਂਦੇ ਟਰੈਕਟਰ ਖੇਤੀਬਾੜੀ ਲਈ ਨਹੀਂ ਵਰਤੇ ਜਾਂਦੇ ਸਗੋਂ ਸਿਰਫ ਇਹਨਾਂ ਕਮਾਲੇ ਹੀ ਰੱਖੇ ਜਾਂਦੇ ਨੇ ਪਰ ਕਿਉਂਕਿ ਇਹ ਮਸ਼ੀਨਰੀ ਹੈ অতি ਮਸ਼ੀਨਰੀ ਨੂੰ ਮੂਲ ਰੂਪ ਨਾਲੋਂ ਤੋੜ ਕੇ ਜੇਕਰ ਕਿਸੇ ਹੋਰ ਪਾਸੇ ਵਰਤਿਆ ਜਾਵੇ ਤਾਂ ਇਸ ਦਾ ਖਤਰਾ ਵੀ ਬਣਿਆ ਰਹਿੰਦਾ ਹੈ ਤੇ ਇਹੀ ਖਤਰਾ ਬੀਤੇ ਦਿਨੀ ਗੁਰਦਾਸਪੁਰ ਵਿਖੇ ਨਜ਼ਰ ਆਇਆ ਜਦੋਂ ਟਰੈਕਟਰ ਦੇ ਨਾਲ ਸਟੰਟ ਕਰਦੇ ਹੋਏ ਇੱਕ ਨੌਜਵਾਨ ਦੀ ਜਾਨ ਚਲੀ ਗਈ ਸੀ ਇਨਾਂ ਸੰਬੰਧੀ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਟਰੈਕਟਰ ذریعے ਇਹੋ ਜਿਹਾ ਸਟੰਟ ਕਰਨ ਲਈ ਕਿਸੇ ਵੀ ਤਰੀਕੇ ਦੀ ਮਨਜ਼ੂਰੀ ਨਹੀਂ ਸੀ ਲਈ ਜਾਂਦੀ ਆਮ ਤੌਰ ਤੇ ਇਹੋ ਜਿਹੇ ਕਰਤੱਵ ਵਿਖਾਉਣ ਲਈ ਪ੍ਰਸ਼ਾਸਨ ਦੀ ਮਨਜ਼ੂਰੀ ਲੈਣੀ ਲਾਜ਼ਮੀ ਹੁੰਦੀ ਹੈ ਪਰ ਬਹੁਤੀਆਂ ਥਾਵਾਂ 'ਤੇ ਕਿਸੇ ਵੀ ਤਰ੍ਹਾਂ ਦੀ ਮਨਜ਼ੂਰੀ ਵੀ ਨਹੀਂ ਲਈ ਜਾਂਦੀ ਸੀ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਟਰੈਕਟਰ ਸਟੰਟਾਂ ਦਾ ਟ੍ਰੈਂਡ ਜਾਂ ਰੁਝਾਨ ਕਾਫੀ ਜ਼ਿਆਦਾ ਵੱਧਦਾ ਨਜ਼ਰ ਆਇਆ ਹੈ ਸਟੰਟ ਕਰਨ ਵਾਲਿਆਂ ਵੱਲੋਂ ਆਪਣੇ YouTube ਚੈਨਲਾਂ ਅਤੇ ਸੋਸ਼ਲ ਮੀਡੀਆ ਜ਼ਰੀਏ ਵੀ ਇਸ ਬਾਰੇ ਵੀਡੀਓ ਬਣਾਏ ਜਾਂਦੇ ਸਨ ਵਿਖਾਏ ਜਾਂਦੇ ਸਨ ਅਤੇ ਦਰਸ਼ਕਾਂ ਵਿੱਚ ਵੀ ਇਹਨਾਂ ਨੂੰ ਕਾਫੀ ਮਕਬੂਲੀਅਤ ਮਿਲ ਰਹੀ ਸੀ ਜੇਕਰ ਇਸ ਰੁਝਾਨ ਨੂੰ ਹੋਰ ਗਹਿਉ ਨਾਲ ਵੇਖਿਆ ਜਾਵੇ ਤਾਂ ਪਿਛਲੇ 6 ਤੋਂ 7 ਸਾਲਾਂ ਤੋਂ ਇਸ ਰੁਝਾਨ ਨੇ ਲਗਾਤਾਰ ਤੇਜ਼ੀ ਫੜੀ ਬਹੁਤੀ ਵਾਰ ਇਹ ਸਟੰਟ ਕਰਨ ਲੱਗਿਆ ਸੁਰੱਖਿਆ ਬਾਰੇ ਵੀ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਅਤੇ ਨਾ ਹੀ ਕੋਈ ਖਾਸ ਹਦਾਇਤਾਂ ਦਾ ਵੀ ਖਿਆਲ ਰੱਖਿਆ ਜਾਂਦਾ ਹੈ। ਮਾਹਿਰ ਇਹ ਵੀ ਦੱਸਦੇ ਨੇ ਕਿ ਬਹੁਤੇ ਲੋਕਾਂ ਦਾ ਰੁਝਾਨ ਇਸ ਪਾਸੇ ਵੱਲ ਮਸ਼ਹੂਰ ਹੋਣ ਲਈ ਜਾਂ ਆਪਣੀ ਵੀਡੀਓ ਪਾਉਣ ਕਾਰਨ ਵੀ ਵੱਧਦਾ ਨਜ਼ਰ ਆਇਆ। ਟਰੈਕਟਰ ਗੱਡੀਆਂ ਨਾਲੋਂ ਸਸਤੇ ਪੈਂਦੇ ਨੇ ਇਸ ਲਈ ਵੀ ਲੋਕਾਂ ਵੱਲੋਂ ਸਟੰਟ ਕਰਨ ਲਈ ਟਰੈਕਟਰ ਖਰੀਦਣੇ ਸੌਖੇ ਸਨ ਅਤੇ ਇਹ ਵੀ ਇੱਕ ਕਾਰਨ ਬਣਿਆ ਸੀ। ਕੀ ਟਰੈਕਟਰਾਂ ਦੀ ਵਰਤੋਂ ਇਸ ਕੰਮ ਲਈ ਵੱਧਦੀ ਨਜ਼ਰ ਆਈ। ਬਹੁਤੀ ਵਾਰ ਕਬੱਡੀ ਕਪਾਂ ਜਾਂ ਪਿੰਡੂ ਖੇਡ ਮੇਲਿਆਂ ਤੋਂ ਬਾਅਦ ਟਰੈਕਟਰਾਂ ਦੇ ਸਟੰਟ ਕਰਵਾਏ ਜਾਂਦੇ ਸਨ। ਕਈ ਵਾਰ ਪ੍ਰਬੰਧਕਾਂ ਵੱਲੋਂ ਸਿਰਫ ਸਟੰਟ ਲਈ ਹੀ ਮੁਕਾਬਲੇ ਕਰਵਾਏ ਜਾਂਦੇ ਵੀ ਵਿਖੇ ਗਏ। ਕਿਸੇ ਵੇਲੇ ਪੰਜਾਬ ਦੇ ਪਿੰਡਾਂ ਵਿੱਚ ਛਿੰਝ ਮੇਲੇ ਹੋਇਆ ਕਰਦੇ ਸਨ ਜਿਨ੍ਹਾਂ ਵਿੱਚ ਬਾਜ਼ੀਗਰ ਭਾਈਚਾਰੇ ਵੱਲੋਂ ਉੱਚੀਆਂ-ਉੱਚੀਆਂ ਛਾੜਾਂ ਜਾਂ ਹੋਰ ਕਈ ਬਹੁਤ ਵੱਡੇ ਕਰਤੱਬ ਵਿਖਾਏ ਜਾਂਦੇ ਸਨ ਹਲ ਚੁੱਕਣ ਦੇ ਮੁਕਾਬਲੇ ਹੋਇਆ ਕਰਦੇ ਸੀ ਅਤੇ ਨਾਲ ਦੀ ਨਾਲ ਰਵਾਇਤੀ ਖੇਡਾਂ ਵੀ ਇਨ੍ਹਾਂ ਮੌਕਿਆਂ 'ਤੇ ਵਿਖਾਈ ਦਿੰਦੀਆਂ ਸਨ ਪਰ ਹੌਲੀ-ਹੌਲੀ ਜਦੋਂ ਟਰੈਕਟਰ ਦੀ ਆਮਦ ਹੋਈ ਤਾਂ ਇਸ ਪਾਸੇ ਟਰੈਕਟਰ ਨੂੰ ਵੀ ਲਿਆਂਦਾ ਗਿਆ ਹੌਲੀ-ਹੌਲੀ ਟਰੈਕਟਰ ਖੇਤਾਂ ਵਿੱਚੋਂ ਨਿਕਲ ਕੇ ਇਨ੍ਹਾਂ ਮੇਲਿਆਂ ਵਿੱਚ ਸਟੰਟ ذریعے ਵੀ ਨਜ਼ਰ ਆਉਣ ਲੱਗਾ ਅਤੇ ਹੁਣ ਇਸ ਦੇ ਖਤਰਨਾਕ ਪਹਿਲੂ ਵੀ ਸਾਹਮਣੇ ਆਉਣ ਲੱਗੇ ਨੇ ਪਿੰਡਾਂ ਵਿੱਚ ਟਰੈਕਟਰਾਂ ਦੇ ਟੋਚਨ ਮੁਕਾਬਲੇ ਜਾਂ ਟਰੈਕਟਰ ਟਰਾਲੀਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਂਦੀਆਂ ਰਹੀਆਂ ਨੇ ਅਤੇ ਪ੍ਰਬੰਧਕਾਂ ਵੱਲੋਂ ਆਪਣੇ ਪੱਧਰ ਉੱਤੇ ਹੀ ਇਹੋ ਜਿਹੇ ਜੋਖਮ ਭਰਪੂਰ ਕੰਮ ਕਰਵਾਏ ਜਾਂਦੇ ਸਨ ਪਰ ਹੁਣ ਪੰਜਾਬ ਸਰਕਾਰ ਨੇ ਇਸ ਬੰਨੇ ਇੱਕ ਵੱਡੀ ਦੁਰਘਟਨਾ ਵਾਪਰਨ ਮਗਰੋਂ ਇਹ ਫੈਸਲਾ ਕੀਤਾ ਕਿ ਇਹਨਾਂ ਟਰੈਕਟਰ ਸਟੰਟਾਂ ਉੱਤੇ ਮੁਕੰਮਲ ਪਾਬੰਦੀ ਲਾਈ ਜਾਂਦੀ ਹੈ ਅਤੇ ਇਸ ਸੰਬੰਧੀ ਪਿਛਲੇ ਕੁਝ ਸਮੇਂ ਤੋਂ ਸਮਾਜ ਦੇ ਜਾਗਰੂਕ ਲੋਕਾਂ ਵੱਲੋਂ ਲਗਾਤਾਰ ਮੰਗ ਵੀ ਕੀਤੀ ਜਾ ਰਹੀ ਸੀ